ਮੈਂ ਗੁਣਾ ਗਵਾ ਕੇ ਦੇਖਿਆ ਉਹਨਾਂ ਨੇ ਪਹਿਲਾਂ ਜਦ ਫਸਟ ਮੀਟਿੰਗ ਹੋਈ? ਨਹੀਂ, ਮੀਟਿੰਗ ਤੇ ਉਹਨਾਂ ਨੇ ਮੇਰੇ ਤੋਂ ਗਾਣਾ ਨਹੀਂ ਗਵਾਇਆ। ਮੈਂ ਉਹੀ ਕਹਿ ਰਹੀ ਹਾਂ ਨਾ ਕਿ ਉਹਨਾਂ ਨੇ ਮੈਨੂੰ ਕੁਛ ਕਿਹਾ ਹੀ ਨਹੀਂ ਕਿ ਤੂੰ ਗਾਣਾ ਸੁਣਾ ਜਾਂ ਤੂੰ ਕੋਈ ਡਾਇਲੋਗ ਬੋਲ ਕੇ ਸੁਣਾ, ਨਥਿੰਗ। ਉਹਨਾਂ ਨੇ ਸਾਰਾ ਕੁਛ ਆਲਰੇਡੀ ਮੇਰਾ ਦੇਖਿਆ ਹੋਇਆ ਸੀ। ਅੱਛਾ, ਮੇਰੀਆਂ ਬਟ ਜ਼ੂਮ ਕਲਾਸਿਸ ਲੱਗੀਆਂ ਨੇ। ਅੱਛਾ, ਅਤੇ ਮੈਨੂੰ ਮਤਲਬ ਕਈ ਵਾਰੀ ਮੈਂ ਜਿਹੜੇ ਉਹਨਾਂ ਦੇ ਉਹਨਾਂ ਨੂੰ ਅਸਿਸਟ ਕਰਦੇ ਸੀ, ਸੂਰਜ ਸੀ ਉਹਨਾਂ ਦਾ ਨਾ, ਤਾਂ ਮੈਂ ਬਾਅਦ ਦੇ ਵਿੱਚ ਸੂਰਜ ਨੂੰ ਪੁੱਛਿਆ, ਮੈਂ ਕਿਹਾ ਜਦੋਂ ਮੇਰੀ ਜ਼ੂਮ ਕਲਾਸ ਲੱਗਦੀ ਹੈ ਇਮਤਿਹਾਨ ਸਰ ਹੁੰਦੇ, ਤਾਂ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਸਭੀ ਹੋਤੇ ਹੈ ਪਾਸ ਮੇਂ। ਲਾਈਕ ਦੇਖਦਾ ਤੁਹਾਨੂੰ ਇੱਕੋ ਬੰਦਾ, ਬਾਕੀ ਸਾਰੇ ਬੈਠ ਕੇ? ਇੱਕ ਬੰਦਾ ਮੇਰਾ ਜਿਹੜਾ ਸਾਹਮਣੇ ਬੈਠਾ ਮੈਨੂੰ ਦੇਖ ਹੋ ਰਿਹਾ। ਤੇ ਕਿੰਨਾ ਲੰਬਾ ਪ੍ਰੋਸੈਸ ਸੀਗਾ ਵੈਸੇ, ਲਾਈਕ ਤੁਸੀਂ ਚਮਕੀਲਾ ਚ ਇਨਵੋਲਵ ਰਹੇ ਹੋ, ਕਿੱਡਾ ਕੁ ਲੰਬਾ ਪ੍ਰੋਸੈਸ ਸੀਗਾ ਫਿਲਮ ਨੂੰ ਬਣਾਉਣ? ਦੇਖੋ, ਇਹ ਫਿਲਮ ਦਾ ਪ੍ਰੋਸੈਸ ਤਾਂ 2 ਸਾਲ ਤੋਂ ਚੱਲ ਰਿਹਾ ਸੀ, ਹਨਾ, ਜਿਵੇਂ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਇਮਤਿਹਾਨ ਸਰ ਪੰਜਾਬ 'ਚ ਆਏ ਸੀ, ਰਹੇ ਸੀ, ਉਹਨਾਂ ਨੇ ਸਾਰਾ ਕੁਛ ਕੀਤਾ ਸੀ। ਬਟ ਜਿਹੜਾ ਮੇਰਾ ਸੀਗਾ ਉਹ ਮੇਰਾ 1 ਮੰਥ ਦੇ ਵਿੱਚ ਕਲੀਅਰ ਹੋ ਗਿਆ ਸੀ ਕਿ ਮੈਂ ਮੂਵੀ ਕਰ ਰਹੀ ਹਾਂ। ਉਸ ਤੋਂ ਬਾਅਦ ਉਹਨਾਂ ਨੇ ਬਹੁਤ ਬਫਰ ਡੇਟਸ ਲਈਆਂ ਸੀ ਸਾਡੀਆਂ, ਜਿਵੇਂ ਆਹ ਮੰਥ ਸਾਡਾ, ਆਹ ਮੰਥ ਸਾਡਾ, ਉਹ ਮੰਥ ਸਾਡਾ। ਤਾਂ ਉਦੋਂ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਜਿਵੇਂ ਐਜ਼ ਏ ਪੰਜਾਬੀ ਆਪਾਂ ਥੋੜ੍ਹੇ ਬਿਜ਼ੀ ਜ਼ਿਆਦਾ ਰਹਿੰਦੇ ਹਾਂ, ਤਾਂ ਮੈਨੂੰ ਉਹ ਥੋੜ੍ਹਾ ਜਿਹਾ ਲੱਗਦਾ ਹੁੰਦਾ ਸੀ ਵੀ ਯਾਰ ਚਮਕੀਲਾ ਕਰਕੇ ਮੇਰੀਆਂ ਬਾਕੀ ਫਿਲਮਾਂ ਨਾ ਛੁੱਟ ਜਾਣ, ਹੈ ਨਾ, ਕਿਉਂਕਿ ਉਦੋਂ ਮੈਂ ਬਿਜ਼ੀ ਬਹੁਤ ਸੀ ਉਹਨਾਂ ਦਿਨਾਂ 'ਚ। ਅਤੇ ਮੇਰੀਆਂ ਫਿਲਮਾਂ ਵੀ ਇਹ ਸੀ ਵੀ ਕੋਈ ਲੰਡਨ ਆ, ਕੋਈ ਕਿਤੇ ਹੋਰ ਆ, ਕੋਈ ਇੰਡੀਆ ਦੇ ਵਿੱਚ ਆ, ਕੋਈ ਕਿਤੇ ਆ। ਇੱਕ ਵਾਰੀ ਮਤਲਬ ਮੈਨੂੰ ਹੋਇਆ ਵੀ, ਕਿਉਂਕਿ ਉਹਨਾਂ ਦੀ ਟੀਮ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੈ ਹਰ ਚੀਜ਼ ਮੇਲ, ਅਤੇ ਇੱਕ ਵਾਰੀ ਮੈਨੂੰ ਲੱਗਿਆ ਵੀ ਯਾਰ ਮੈਂ ਕਿੱਥੇ ਫਸ ਗਈ, ਵੀ ਮੈਂ 4 ਮਹੀਨੇ ਇਹਨਾਂ ਨੂੰ ਕਿੱਥੇ ਦੇ ਸਕਦੀ ਹਾਂ, ਵੀ 4 ਮਹੀਨੇ 'ਚ ਤਾਂ ਮੇਰੀਆਂ 8 ਫਿਲਮਾਂ ਆ ਜਾਣੀਆਂ। ਬਟ ਫਿਰ ਉਹੀ ਗੱਲ ਵੀ ਕੋਈ ਨਾ ਕੋਈ ਤੁਹਾਨੂੰ ਚੰਗਾ ਸਲਾਹ ਦੇਣ ਵਾਲਾ ਬੰਦਾ ਹੁੰਦਾ, ਜਿਨ੍ਹਾਂ ਨੇ ਮੈਨੂੰ ਇਹ ਕਿਹਾ ਵੀ ਸਾਰੀਆਂ ਫਿਲਮਾਂ ਤੇਰੀਆਂ ਇੱਕ ਪਾਸੇ, ਚਮਕੀਲਾ ਤੇਰੀ ਇੱਕ ਪਾਸੇ। ਬਿਲਕੁਲ ਬਿਲਕੁਲ, ਕਿਤੇ ਕਿਤੇ ਲਾਈਫ ਦਾ ਐਕਸਪੀਰੀਅੰਸ ਹੁੰਦਾ। ਬਟ ਕੱਟ ਟੂ ਸ਼ੂਟ ਦਾ ਵਾਲਾ ਦਿਨ, ਹੈ ਨਾ, ਦਿਲਜੀਤ ਨੂੰ ਵੀ ਤੁਸੀਂ 12 ਸਾਲ ਬਾਅਦ ਮਿਲ ਰਹੇ ਸੀ? ਬਿਲਕੁਲ, ਹੈ ਨਾ, ਦਲਜੀਤ ਜੀ ਨੂੰ ਮੈਂ ਏ ਆਰ ਰਹਿਮਾਨ ਸਰ ਦੇ ਸਟੂਡੀਓ ਮਿਲੀ। ਅੱਛਾ, ਮਤਲਬ ਕਿ ਫਿਲਮ ਤੋਂ ਪਹਿਲਾਂ ਹੀ ਸ਼ੁਰੂ ਮੀਟਿੰਗ ਹੋ ਗਈ ਸੀ? ਸਾਡੀਆਂ ਮੀਟਿੰਗ ਹੋ ਗਈਆਂ ਸੀ, ਜਿਵੇਂ ਮੈਂ ਬੰਬੇ ਆਉਣ ਜਾਣ ਲੱਗੀ ਸੀ, ਮੈਂ ਆਪਣੀ ਲੁੱਕ ਟੈਸਟ ਲਈ ਬੰਬੇ ਗਈ ਸੀ, ਫਿਰ ਮੈਂ ਰਿਕਾਰਡਿੰਗ ਵਾਲੀ ਬੰਬੇ ਗਈ ਸੀ, ਹੈ ਨਾ। ਉਦੋਂ ਸਾਡੀ ਡਬਿੰਗ ਸੀ ਮੇਰੀ ਅਤੇ ਦਲਜੀਤ ਜੀ ਦੀ ਏ ਆਰ ਰਹਿਮਾਨ ਸਰ ਦੇ ਆਫਿਸ, ਤਾਂ ਉੱਥੇ ਅਸੀਂ ਮਿਲੇ ਤਾਂ ਦਲਜੀਤ ਜੀ ਨੇ ਪਹਿਲੀ ਗੱਲ ਇਹ ਮਿਲੀ, ਕਹਿੰਦੇ ਇਹ ਮੇਰੀ ਘਰ ਵਾਲੀ ਬਣੀ ਸੀ। ਕੁਝ ਤੁਹਾਨੂੰ ਨਹੀਂ ਪਤਾ, ਅੱਜ ਕੱਲ ਵੀ ਤੁਹਾਡੀ ਘਰ ਵਾਲੀ ਮੈਂ ਹੀ ਆ। ਇਹ ਤਾਂ ਹੁਣ ਬਾਅਦ ਦੇ ਵਿੱਚ ਗੱਲਾਂ ਚੱਲੀਆਂ ਸਾਰੀਆਂ। ਬਿਲਕੁਲ ਬਿਲਕੁਲ, ਤੇ ਵਧੀਆ ਐਕਸਪੀਰੀਅੰਸ ਸੀ, ਉਹ ਬਹੁਤ ਵਧੀਆ ਮਿਲੇ। ਤੇ ਮੈਂ ਉਹਨਾਂ ਨੂੰ ਫਿਰ ਕਿਹਾ, ਮੈਂ ਕਿਹਾ ਬਹੁਤ ਖੁਸ਼ੀ ਹੋਈ ਵੀ ਮੈਂ ਦੁਬਾਰਾ ਤੁਹਾਡੇ ਨਾਲ ਸਕਰੀਨ ਸ਼ੇਅਰ ਕਰ ਰਹੀ ਹਾਂ, ਕਿਉਂਕਿ ਜੱਟ ਐਂਡ ਜੂਲੀਅਟ ਤੋਂ ਬਾਅਦ ਅਸੀਂ ਦੋਨਾਂ ਨੇ ਕੰਮ ਹੀ ਨਹੀਂ ਕੀਤਾ, ਈਵਨ ਅਸੀਂ ਮਿਲੇ ਵੀ ਨਹੀਂ ਕਿਤੇ। ਲੇਕਿਨ ਕਹਿੰਦੇ ਨਾ ਸਬਾਬਾ ਬਣਨਾ ਸੀਗਾ ਕਿ ਚਮਕੀਲਾ ਦੇ ਵਿੱਚ ਬਣਨਾ ਸੀ, ਤੇ ਲਾਈਕ ਸੇਮ ਸਟੇਜ ਦੇ ਉੱਤੇ ਗਾਇਕੀ ਉਹ ਸਾਰਾ ਕੁਝ ਕਰਨਾ ਸੀਗਾ, ਹੈ ਨਾ, ਤੇ ਉਹ ਸਟੂਡੀਓ ਦੇ ਵਿੱਚ ਗਏ ਫਿਰ ਕੀ 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 ਉੱਥੇ ਦੀ ਕਹਾਣੀ, ਕਿਉਂਕਿ ਇੱਕ ਪਾਸੇ ਦਿਲਜੀਤ ਦੂਜੇ ਪਾਸੇ ਆ ਰਹਿਮਾਨ ਸਾਹਿਬ। ਬਿਲਕੁਲ, ਸਟੂਡੀਓ ਦੇ ਵਿੱਚ ਜਦੋਂ ਅਸੀਂ ਗਏ ਹਾਂ ਤਾਂ ਉੱਥੇ ਸਾਰੇ ਬੈਠੇ ਸੀ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਆਹ ਗਾਣੇ ਅੱਜ ਡੱਬ ਕਰ ਰਹੇ ਹਾਂ। ਅੱਛਾ, ਉਹ ਬਹੁਤ ਬੰਬੇ ਵਾਲੇ ਬਹੁਤ ਕੂਲ ਚੱਲਦੇ ਆ, ਉਹਨਾਂ ਨੂੰ ਲੱਗਦਾ ਵੀ 8 ਦਿਨ ਲੈ ਲਓ, 1 ਦਿਨ ਇਹਨੇ ਆਹ ਕਰਨਾ, ਦੂਜੇ ਦਿਨ ਇਹਨੇ ਦੂਸਰਾ ਗਾਣਾ। ਹੁਣ ਆਪਾਂ ਪੰਜਾਬੀ, ਆਪਾਂ ਨੂੰ ਬਹੁਤ ਫਾਸਟ ਆਪਣਾ ਉਹ ਚੱਕਰ ਹੈ, ਤਾਂ ਮੈਂ ਤਾਂ 3 ਗਾਣੇ ਆਪਣੇ 1 ਦਿਨ ਹੀ ਕਰਤੇ, ਹੈ ਨਾ, ਤੇ ਫਿਰ ਉਹ ਮੈਨੂੰ ਕਰਨ, ਨਹੀਂ ਆਪਾਂ ਆਰਾਮ ਸੇ ਕਰੋ, ਆਪਾਂ ਆਰਾਮ ਨਾਲ ਹੀ। ਮੈਂ ਕਿਹਾ ਸਰ ਮੈਂ ਆਰਾਮ ਨਾਲ ਹੀ ਕਰ ਰਹੀ ਹਾਂ। ਤੇ ਫਿਰ ਦਲਜੀਤ ਜੀ ਨੇ ਆਲਰੇਡੀ, ਕਿਉਂਕਿ ਦਲਜੀਤ ਦੇ ਤਾਂ ਬਹੁਤ ਸਾਰੇ ਗਾਣੇ ਸੀ ਨਾ, ਬਿਲਕੁਲ, ਉਹਨਾਂ ਦੇ ਤਾਂ ਓਵਰਆਲ ਹੀ ਸਿੰਗਿੰਗ ਹੀ ਹੈ। ਮੈਂ 4 ਕੁ ਗਾਣੇ ਗਾਏ ਨੇ। ਅੱਛਾ ਜੀ, ਤੇ ਫਿਰ ਮੇਰੇ ਸੀਗੇ, ਮੈਂ 3 ਉਸ ਦਿਨ ਕੀਤੇ, 1 ਮੈਂ ਨੈਕਸਟ ਕੀਤਾ, ਹੈ ਨਾ, ਤੇ ਦਲਜੀਤ ਜੀ ਦੇ ਕਾਫੀ ਸਾਰੇ ਗਾਣੇ ਸੀ, ਉਹਨਾਂ ਨੇ ਆਪਣੇ ਵੀ ਗਾਏ, ਤੇ ਜਿਹੜੇ ਮੇਰੇ ਵਾਲੇ ਸੀ ਆਲਰੇਡੀ ਉਹਨਾਂ ਨੇ ਗਾ ਚੁੱਕੇ ਸੀ, ਮੈਂ ਉਹਨਾਂ ਦੇ ਸਕੇਲ ਤੇ ਮੈਂ ਗਾਉਣੇ ਸੀ। ਇਹ ਵੀ ਚੈਲੰਜ ਹੁੰਦਾ? ਹਾਂਜੀ, ਇਹ ਚੈਲੰਜ ਕਿ ਕੋਈ ਵੀ ਆਰਟਿਸਟ ਜਿਹੜਾ ਪਹਿਲਾਂ ਗਾ ਚੁੱਕਾ ਹੋਵੇ ਤੇ ਮੈਚ ਕਰਨਾ। ਬਿਲਕੁਲ। ਅੱਛਾ, ਕਿਉਂਕਿ ਥੋੜੀ ਥੋੜੀ ਜੀ ਜਿਹੜੇ ਪੁਰਾਣੇ ਵਾਲੇ ਸੀ ਨਾ, ਉਹਨਾਂ ਦੀਆਂ ਵੋਕਲਾਂ ਥੋੜੀਆਂ ਬਰੀਕ ਹੁੰਦੀਆਂ ਸੀ, ਕਿਉਂਕਿ ਉਹ ਉੱਚੀ ਗਾਉਂਦੇ ਹੁੰਦੇ ਸੀ। ਬਿਲਕੁਲ ਬਿਲਕੁਲ, ਤਾਂ ਟੱਚ ਵੁੱਡ, ਚਲੋ ਮੇਰਾ ਇੰਨਾ ਵੀ ਮੇਰਾ ਗਲਾ ਲੱਗ ਜਾਂਦਾ। ਤੇ ਸਟੂਡੀਓ 'ਚ ਨਿਸ਼ਾ ਬਾਨੂ ਗਾ ਰਹੀ ਹੈ, ਉਧਰ ਬੈਠੇ ਆ ਰਹਿਮਾਨ ਸਾਹਿਬ, ਇੱਕ ਵਾਰ ਤਾਂ ਗਲ ਸੁੱਕਿਆ ਹੋਊਗਾ? ਇੱਕ ਵਾਰ ਪੁੱਛੋ ਹੀ ਨਾ ਤੁਸੀਂ, ਹਰ ਟੇਕ ਤੇ ਸੁੱਕਦਾ ਸੀ। ਅੱਛਾ, ਕਿਉਂਕਿ ਸਟ੍ਰੈਸ ਬਹੁਤ ਹੋ ਜਾਂਦਾ ਜਦੋਂ ਐਡੇ ਐਡੇ ਵੱਡੇ ਬੰਦੇ ਤੁਹਾਨੂੰ ਸੁਣ ਰਹੇ ਨੇ, ਤੇ ਇਮਤਿਹਾਨ ਸਰ ਤਾਂ ਬੈਠ ਹੀ ਨਹੀਂ ਸੀ ਰਹੇ, ਉਹ ਤਾਂ ਵਾਰੀ ਵਾਰੀ ਘੁੰਮ ਜਾ ਕਰ ਮੇਰੇ ਕੋਲ ਨਹੀਂ ਦੇਖ ਕੇ।
ਫਿਰ ਇੱਧਰ ਜਾਇਆ ਕਰਨ ਫਿਰ ਤੇ ਏ ਆਰ ਰਹਿਮਾਨ ਸਰ ਸੀ ਉਹ ਹਿੰਦੀ ਨਹੀਂ ਬੋਲਦੇ ਹਨਾ, ਇੰਗਲਿਸ਼ ਬੋਲਦੇ ਸੀਗੇ ਤੇ ਬਸ ਉਹਨਾਂ ਦਾ ਵੀ ਇਹੀ ਹੁੰਦਾ ਸੀ ਕਿ ਜਦੋਂ ਕਹਿੰਦੇ ਹੁੰਦੇ ਸੀ ਵੈਰੀ ਨਾਈਸ ਵੈਰੀ ਨਾਈਸ, ਉਹ ਮਤਲਬ ਥੋੜ੍ਹੀ ਇੱਕ ਪਾਵਰ ਵਾਲੀ ਗੱਲ ਹੋ ਜਾਂਦੀ ਹੈ। ਤੇ ਮੈਂ ਮਤਲਬ ਇਹੋ ਜਿਹੀ ਹਾਂ ਵੀ ਮੇਰੇ 'ਤੇ ਨਾ ਪੋਜ਼ਿਟਿਵ ਰਿਸਪੋਂਸ ਬਹੁਤ ਮੈਟਰ ਕਰਦਾ, ਮੈਨੂੰ ਇਹਦਾ ਮੈਂ ਜਦੋਂ ਵੀ ਕੋਈ ਕੰਮ ਕਰਾਂ ਮੇਰੇ ਸਾਹਮਣੇ ਉਹ ਬੰਦਾ ਹੋਵੇ ਜਿਹੜਾ ਮੇਰੇ ਲਈ ਪੋਜ਼ਿਟਿਵ ਆ। ਹਾਂ, ਲਾਈਕ ਐਟਲੀਸਟ ਉਹ ਮੇਰੇ ਤੋਂ ਪੋਜ਼ਿਟਿਵ ਕਢਵਾਉਣਾ ਚਾਹੁੰਦਾ ਹੈ, ਡਾਊਨ ਨਹੀਂ ਕਰਨਾ ਚਾਹੁੰਦਾ। ਉਹ ਕਿਤੇ ਕਿਤੇ ਹਰ ਕਲਾਕਾਰ ਕ੍ਰੀਏਟਿਵ ਬੰਦੇ ਨੂੰ ਹੁੰਦਾ ਹੈ ਹੈ ਨਾ। ਜੇ ਹੁਣ ਕੋਈ ਨੈਗੇਟਿਵ ਬੰਦਾ ਹੋਵੇ ਤੇ ਉਹ ਕਹਿ ਦੇਵੇ ਵੀ ਫਿਰ ਤਾਂ ਮੈਂ ਜਿਹੜਾ ਮੈਨੂੰ ਆਉਂਦਾ ਮੈਂ ਉਹ ਵੀ ਭੁੱਲ ਜਾਂਦੀ ਹਾਂ।